उस क्षेत्र का ज्ञान होना जरूरी है। ये नहीं कि सिर्फ धर्म खेतर भावें संसार के किसी पहलू में प्रवेश करो उनका ज्ञान होना जरूरी। आज के युग अंदर मनुख ने एहसास कर लिया पर केड़ी अजीब गल है जे हर पहलू हर खेतर कदम रखने को पहला ज्ञान जरूरी है। धर्म कोई इतना साधारण पहलू साधारण विषय जिंदे विच कदम रखने तो पहला ज्ञान की जोड़ हुई। मैं क्लास की धर्म खेत्र में दो चीजों की मुख्य रूप में जरूरत है एक ज्ञान एक विश्वास श्रद्धा जिन्हों आप दूसरे लफ्ज कहते हैं श्रद्धा में होना ज्ञान केवल आलोचना रह जाता है केवल चतुराई बन जाता है कि जिथे गुरु नूं भी यह गल कहनी पे गुरु नूं भी फैसला कराता है केवल चतराई बन जाए पर इनू भी खतरनाक दूजा पहलू वो है जे भला श्रद्धा विश्वास ज्ञान भी होना हो जाए ज्ञान भी होना हो जाए तो उदू भी ज्यादा खतरनाक यह कारण है। जो तरतीब देने लगे ना सियाने लोग आप विद्वाना ने मिलकर अरदास की संपादना की थी अब तू सठ बड़ा पहला बड़े सियाने संजीना ने अरदास की संपादना की सिख रैप लग्यादा सानू क्यों चंगी नहीं उन्होंने सिखी की रोज की अरदास रोज की मांग विच एक लिस्ट बनाया लिस्ट बनाने लगे उन्होंने तरतीब दी पहला कड़ी चीज की लोड़ है दूजी कड़ी चीज की जरूरत है नंबर वक् वक् निश्चित किया उनके कभी तुम हम बड़े ध्यान पढ़े हो सुने अरदास के लफ्ज पहला आख्या सिखा सिखी दान केस दा सिखी रही तो सिख का इसलिए सब तो पहला लफज जरा वर्तना वो सिखा सिखी दान सिख खुआन वाले को केस नहीं तो फिर तुम्हें आखेगा मैं सिख किसी नाल या भी पसंद दूजा ना रह सिखा ने सिखी दान केस दान
ਤੇ ਜੇ ਸਿੱਖ ਵੀ ਹੈ ਕੈਸ ਵੀ ਹੈ ਪਰ ਜੀਵਨ ਦੀ ਰਹਿਤ ਨਹੀਂ ਜਾਣਦਾ ਰਹਿਣ ਸਹਿਣ ਨਹੀਂ ਜਾਣਦਾ ਤਰਤੀਬ ਨਹੀਂ ਆਉਂਦੀ ਲਾਈਫ ਸਟਾਈਲ ਗੁਰੂ ਦੇ ਹੁਕਮਾਂ ਵਿੱਚ ਨਹੀਂ ਬਣੀ ਕੇਵਲ ਦਿਖਾਵੇ ਦਾ ਸਿੱਖ ਰਹਿ ਜਾਂਦਾ ਸਿੱਖ ਵੀ ਅਪਣਾਉਂਦਾ ਪਰ ਜੀਵਨ ਸ਼ੈਲੀ ਗੁਰਮਤ ਵਾਲੀ ਨਹੀਂ ਰਹਿਤ ਅਵਰ ਕੱਛ ਅਵਰ ਕਮਾਵਤ ਵਾਲੀ ਹਾਲਤ ਬਣਦਾ ਮਨ ਨੇ ਪ੍ਰੀਤ ਮੁੱਖੋਂ ਗੱਡ ਲਾਵਤ ਦੇ ਘੇਰੇ ਵਿੱਚ ਆ ਜਾਂਦਾ ਇਸੇ ਲਈ ਕਹਿਣ ਲੱਗੇ ਰਹਿਤ ਦਾਨ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਹੁਣ ਕਹਿਣ ਲੱਗੇ ਰਹਿਤ ਕਿੱਥੋਂ ਮਿਲੇਗੀ ਕਿਵੇਂ ਆਵੇਗੀ ਕਿਵੇਂ ਉਹਨੂੰ ਪਤਾ ਲੱਗੇਗਾ ਰਹਿਤ ਅੱਜ ਸਾਡਾ ਮੁਖਾਂਤਰੀ ਸਿੱਖ ਨੂੰ ਕਿਵੇਂ ਪਤਾ ਲੱਗੇ ਮੇਰੀ ਰਹਿਤ ਦੀ ਇਸ ਲਈ ਬਵੇਕ ਲਾ ਬਵੇਕ ਕਹਿੰਦੇ ਨੇ ਗਿਆਨ ਉਜਲੀ ਗੁਰੂ ਉਸ ਉੱਤਮ ਮੱਤ ਨੂੰ ਜਿਹੜੀ ਗੁਰੂ ਕੋਲੋਂ ਮਿਲਦੀ ਹੈ ਸ਼ਬਦ ਆਇਆ ਸੀ ਗੁਰ ਕੇ ਸ਼ਬਦ ਬਣਾਵਾਂ ਇਹ ਮਨ ਗੁਰ ਕਾ ਦਰਸ਼ਨ ਸੰਚੋਂ ਹਰ ਤਨ ਉੱਤਮ ਮੱਤ ਮੇਰੇ ਲੀਰੇ ਤੋਂ ਆਓ ਕਿਉਂਕਿ ਸ਼ਬਦ ਵਿੱਚੋਂ ਮਿਲਦਾ ਉਹ ਗੁਰੂ ਦੇ ਮਿਲਾਪ ਵਿੱਚ ਮਿਲਦੀ ਇਸ ਲਈ ਕਹਿਣ ਲੱਗੇ ਕਿ ਹੁਣ ਬਵੇਕ ਬੁੱਧੀ ਚਾਹੀਦੀ ਗਿਆਨਵਾਨ ਜੀਵਨ ਚਾਹੀਦਾ ਸ਼ਰਧਾ ਦੀ ਥਾਂ ਛੇਵੀਂ ਥਾਂ ਤੇ ਜਾ ਕੇ ਰੱਖੀ ਕਹਿੰਦੇ ਸ਼ਰਧਾ ਦੀ ਲੋੜ ਹੈ ਧਰਮ ਨੂੰ ਸ਼ਰਧਾ ਦੀ ਵੀ ਜ਼ਰੂਰਤ ਹੈ ਪਰ ਬਵੇਕ ਨਾਲੋਂ ਦੋ ਥਾਂ ਬਾਅਦ ਸ਼ਰਧਾ ਸਾਡੇ ਪੈਰ ਚਲਣਾ ਪੈਰਾਂ ਨੇ ਧਰਮ ਦੇ ਰਾਹਾਂ ਤੇ ਚੱਲਣ ਦੀ ਸ਼ਕਤੀ ਪੈਰਾਂ ਸ਼ਰਧਾ ਸ਼ਰਧਾ ਮਨ ਮਨੁੱਖ ਬੜੀ ਦ੍ਰਿੜਤਾ ਨਾਲ ਬੜੇ ਚਾਵਾਂ ਨਾਲ ਉਹਦੇ ਤਰਨ ਤੁਰ ਵਿੱਚ ਬੜੀ ਬਲਵਾਨਤਾ ਹੁੰਦੀ ਕਿਉਂਕਿ ਪੈਰ ਸ਼ਰਧਾ ਹੈ ਔਰ ਇਹ ਖਿਆਲ ਕਰਿਓ ਕਿਸੇ ਕੋਲ ਪੈਰ ਹੋਣ ਤੇ ਅੱਖਾਂ ਨਾ ਹੋਣ ਕਿਉਂਕਿ ਵਿਵੇਕ ਬੁੱਧੀ ਜਿਹੜੀ ਉਹ ਗਿਆ ਗਿਆ ਉਹ ਅੱਖਾਂ ਨਾਲ ਸ਼ਰਧਾ ਕਿਸੇ ਕੋਲ ਹੈ ਇਹ ਵੀ ਨਾ ਟੁੱਟ ਸਕਦਾ ਪਰ ਗਿਆਨ ਕਿਹੜੇ ਪਾਸੇ ਜਾਣਾ ਮੇਰੀ ਦਿਸ਼ਾ ਕਿਹੜੀ ਮੇਰੀ ਮੰਜ਼ਿਲ ਕਿਹੜੀ ਹੈ ਐਸਾ ਮਨ ਜਿਉ ਜਿਉ ਤੇਜ ਤੁਰਦਾ ਨਾ ਤਿਉ ਤਿਉ ਛੱਡੇ ਖਾਂਦਾ ਗਿਆਨ ਵੀ ਬਿਨਾਂ ਕੁਛ ਜਿਹੜਾ ਹੈ ਜੇ ਧਰਮ ਦੇ ਖੇਤਰ ਵਿੱਚ ਪ੍ਰਵੇਸ਼ ਕਰਕੇ ਕੋਈ ਮੰਜ਼ਿਲਾਂ ਮਾਰਨਾ ਚਾਹੇ ਕਦਮ ਕਦਮ ਤੇ ਛੱਡੇ ਨੇ ਕਈ ਵਾਰ ਇੰਨੇ ਛੱਡੇ ਖਾਂਦਾ ਇੰਨੇ ਛੱਡੇ ਖਾਂਦਾ ਨਿਰਾ ਨਿਰਾ ਸ਼ਰਧਾ ਮਨ ਜਿਹਦੇ ਕੋਲ ਗਿਆਨ ਨਹੀਂ ਹੁੰਦਾ ਨਿਰਾਸ਼ ਹੋ ਕੇ ਵਾਪਸ ਹੀ ਪਰਤ ਆਉਂਦਾ ਕਹਿੰਦੇ ਉਹਦੀ ਮੰਜ਼ਿਲ ਕੀ ਲੈਣੀ ਹੈ ਇਸ ਮੰਜ਼ਿਲ ਤੇ ਛੱਡੇ ਹੀ ਛੱਡੇ ਤਾਂ ਇਹ ਨਹੀਂ ਸਮਝਦਾ ਕਿ ਅਸਲ ਛੱਡੇ ਧਰਮ ਦੇ ਰਾਹ ਤੇ ਨਹੀਂ ਤੇਰੀਆਂ ਅੱਖਾਂ ਦੀ ਅਣਹੋਂਦ ਛੱਡੇ ਮੰਜ਼ਿਲ ਉੱਥੇ ਨਹੀਂ ਪਹੁੰਚ ਬਣਦੀ ਜਿੰਨੀ ਦੇਰ ਗਿਆਨ ਨਾ ਹੋਵੇ ਧਰਮ ਨੇ ਅੱਖਾਂ ਜ਼ਰੂਰੀ ਹੋ ਬਿਨਾਂ ਅੱਖਾਂ ਤੋਂ ਨਹੀਂ ਤੁਰਿਆ ਜਾ ਸਕਦਾ